ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਟ ਬਜ਼ਰ ਅਕੈਡਮੀ ਦੇ ਇਸ ਆਨਲਾਈਨ ਪਲੇਟਫਾਰਮ ਉੱਪਰ। ਮੈਂ ਸਾਰਿਆਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਸੋ ਬੱਚੇ ਵਾਰ ਵਾਰ ਡਿਮਾਂਡ ਕਰ ਰਹੇ ਸੀਗੇ ਕਿ ਸਰ ਹਿਸਟਰੀ ਦਾ ਸੈਸ਼ਨ ਕਦੋਂ ਲੈ ਕੇ ਆ ਰਹੇ ਹੋ, ਕਦੋਂ ਲੈ ਕੇ ਆ ਰਹੇ ਹੋ। ਕਾਫੀ ਦਿਨ ਹੋ ਗਏ ਸਰ ਯੂਟਿਊਬ ਤੇ ਹਿਸਟਰੀ ਦਾ ਕੋਈ ਸੈਸ਼ਨ ਹੀ ਨਹੀਂ ਲੱਗ ਰਿਹਾ। ਸੋ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੱਚੇ, ਅਸੀਂ ਪੀਐਸ ਟੈਟ, ਮਾਸਟਰ ਗਾਰਡਨ, ਆਲ ਕੰਪੀਟੀਟਿਵ ਇਗਜ਼ਾਮ, ਜਿੰਨੇ ਵੀ ਤੁਸੀਂ ਕਿ ਭਾਵੇਂ ਤੁਸੀਂ ਪੰਜਾਬ ਸਰਕਾਰ ਦਾ ਕੋਈ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ, ਭਾਵੇਂ ਤੁਸੀਂ ਸੈਂਟਰ ਸਰਕਾਰ ਦੇ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ, ਠੀਕ ਹੈ ਜੀ, ਤਾਂ ਉਹਨਾਂ ਦੇ ਨਾਲ ਰਿਲੇਟਡ ਬੱਚੇ ਇੱਕ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਸੀਰੀਜ਼ ਲੈ ਕੇ ਆ ਰਹੇ ਹਾਂ। ਸੀਰੀਜ਼ ਦਾ ਨਾਮ ਰਹਿਣ ਵਾਲਾ ਹੈ ਜੀ ਇਕਲਵਿਆ ਸੀਰੀਜ਼। ਦੇਖੋ ਇਸ ਸੀਰੀਜ਼ ਦੇ ਪਿੱਛੇ ਬੱਚੇ, ਨਾਮ ਦੇ ਪਿੱਛੇ ਹੀ ਕਿਤੇ ਨਾ ਕਿਤੇ ਬਹੁਤ ਕੁਛ ਛੁਪਿਆ ਹੋਇਆ। ਇਕਲਵਿਆ ਜਿਵੇਂ ਕਿ ਮਹਾਭਾਰਤਾ ਦੇ ਵਿੱਚ ਇੱਕ ਬਹੁਤ ਵੱਡਾ ਕਰੈਕਟਰ ਹੋਇਆ, ਜਿਸ ਨੇ ਦਰੋਣਾਚਾਰਿਆ ਨੂੰ ਕੀ ਕਰਤਾ ਸੀਗਾ, ਆਪਣਾ ਅੰਗੂਠਾ ਵੱਢ ਕੇ ਹੀ ਦੇਤਾ ਸੀਗਾ। ਸਾਰਿਆਂ ਨੇ ਕਹਾਣੀ ਸੁਣੀ ਹੋਣੀ ਹੈ। ਤਾਂ ਇਹਦਾ ਮਤਲਬ ਕੀ ਸੀਗਾ, ਇਹਦਾ ਮਤਲਬ ਸੀਗਾ ਕਿ ਉਹ ਗੁਰੂ ਦੇ ਕੋਲ ਤਾਂ ਨਹੀਂ ਬੈਠਾ ਸੀਗਾ। ਹੋ ਸਕਦਾ ਤੁਸੀਂ ਸਾਡੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੋ, ਸੋਵਾਂ ਕਿਲੋਮੀਟਰ ਦੂਰ ਬੈਠੇ ਹੋ, ਪਰ ਤੁਸੀਂ ਗੁਰੂ ਤੋਂ ਗਿਆਨ ਜਿਹੜਾ ਹੈ ਉਹ ਲੈ ਸਕਦੇ ਹੋ। ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੱਚੇ, ਇਕਲਵਿਆ ਸੀਰੀਜ਼ ਆ ਰਹੀ ਹੈ ਆਪਣੀ। ਕਦੋਂ ਆ ਰਹੀ ਹੈ ਜੀ ਇਹ? ਬਈ ਕਲਾਸ ਰਹਿਣ ਵਾਲੀ ਹੈ 3:15 ਵਜੇ। ਹਰ ਰੋਜ਼ ਅਸੀਂ ਡੇਲੀ ਬੱਚੇ ਇਹ ਕਲਾਸ ਲਾਈਵ ਰਹਿਣ ਵਾਲੀ ਹੈ। ਕਿੰਨੇ ਵਜੇ? 3:15 ਵਜੇ। ਤਾਂ 3:15 ਤੁਸੀਂ ਸਾਰਿਆਂ ਨੇ ਚਾਚੂ ਪੀ ਕੇ ਬੈਠ ਜਾਣਾ। ਜਿੰਨੇ ਵੀ ਕੁਐਸਚਨ ਹੋਣ ਵਾਲੇ ਆ ਬੱਚੇ, ਕੰਪਲੀਟ NCERT ਤੇ ਆਧਾਰਿਤ ਹੋਣਗੇ। ਤਕਰੀਬਨ ਜਿੰਨੇ ਕੁਐਸਚਨ ਸਾਨੂੰ ਪਿਛਲੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ, ਪੀਐਸ ਟੈਟ ਦੇ ਵਿੱਚ, ਮਾਸਟਰ ਗਾਰਡਨ ਦੇ ਵਿੱਚ ਪੁੱਛੇ ਜਾ ਰਹੇ ਨੇ, ਉਹ ਸਾਰੇ ਦੇ ਸਾਰੇ ਕਿੱਥੋਂ ਪੁੱਛੇ ਜਾ ਰਹੇ ਆ? ਤਾਂ ਬਈ NCERT ਤੋਂ ਪੁੱਛੇ ਜਾ ਰਹੇ ਆ। ਸੋ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਸ ਨੂੰ ਬੱਚੇ ਕਰਾਂਗੇ। NCERT ਬਹੁਤ ਇੰਪੋਰਟੈਂਟ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਦੇ ਵਿੱਚ ਰਹਿਣ ਵਾਲੀਆਂ, ਥੋੜ੍ਹਾ ਜਿਹਾ ਮੈਂ ਤੁਹਾਨੂੰ ਆਈਡੀਆ ਦੇ ਦਿੰਦਾ ਕਿ ਇਸ ਦੇ ਵਿੱਚ ਜਿਹੜਾ ਸਿਲੇਬਸ ਰਹਿਣ ਵਾਲਾ ਹੈ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਰਹਿਣਗੀਆਂ। ਤਾਂ ਬਈ ਇਸ ਦੇ ਵਿੱਚ ਅਸੀਂ ਕੰਪਲੀਟ ਇੰਡੀਅਨ ਹਿਸਟਰੀ ਦਾ ਮਤਲਬ ਅਸੀਂ ਪਾਸ਼ਾਣ ਕਾਲ ਤੋਂ ਲੈ ਕੇ, ਪੱਥਰ ਯੁੱਗ ਤੋਂ ਲੈ ਕੇ, ਜਿਹੜਾ ਬੱਚੇ ਭਾਰਤ ਆਜ਼ਾਦ ਹੁੰਦਾ ਹੈ 1947 ਤੱਕ। ਕੰਪਲੀਟ ਹਿਸਟਰੀ ਦਾ ਮਤਲਬ ਅਸੀਂ ਏਸ਼ੀਅਨਟ ਹਿਸਟਰੀ ਕਿੱਥੋਂ ਲੈ ਕੇ, ਪਾਸ਼ਾਣ ਕਾਲ ਤੋਂ ਲੈ ਕੇ ਹਰਸ਼ ਵਰਧਨਾ ਤੱਕ, ਵਿਚਲਾ ਕਾਲ, ਪੂਰਵ ਮੱਧ ਕਾਲ ਜਿਹਨੂੰ ਕਹਿ ਦਿੰਦੇ ਆ, ਜਿਹਦੇ ਵਿੱਚ ਅਸੀਂ ਸਾਰੇ ਦੇ ਸਾਰੇ ਰਾਜਪੂਤ ਕਰਾਂਗੇ, ਉਹ ਵਾਲਾ ਕਾਲ ਕਰਾਂਗੇ, ਜਾਂ ਫਿਰ ਹੋਰ ਭਾਰਤ ਦੇ ਵਿੱਚ ਜਿਹੜੇ ਛੋਟੇ ਛੋਟੇ ਰਾਜ ਉਭਰੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਬਾਅਦ ਬੱਚੇ ਮੈਡੀਵਲ ਹਿਸਟਰੀ ਦੇ ਵਿੱਚ ਅਸੀਂ ਸਾਰੀ ਦੀ ਸਾਰੀ ਦਿੱਲੀ ਸਲਤਨਤ ਦੇ ਨਾਲ ਰਿਲੇਟਡ ਕੁਐਸਚਨ ਲੈ ਕੇ ਆਵਾਂਗੇ, ਜਾਂ ਫਿਰ ਮੁਗਲ ਕਾਲ ਦੇ ਨਾਲ ਰਿਲੇਟਡ ਕੁਐਸਚਨ ਲੈ ਕੇ ਆਵਾਂਗੇ। ਇਸ ਤੋਂ ਬਾਅਦ ਸਾਡਾ ਸ਼ੁਰੂ ਹੋ ਜਾਂਦਾ ਬੱਚੇ, ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਆਧੁਨਿਕ ਕਾਲ ਦੇ ਵਿੱਚ ਜਿੰਨੀਆਂ ਯੂਰੋਪੀਅਨ ਕੰਪਨੀਆਂ ਭਾਰਤ ਦੇ ਵਿੱਚ ਆਈਆਂ ਉਹਨਾਂ ਦੇ ਨਾਲ ਰਿਲੇਟਡ ਕੁਐਸਚਨ, ਜਿੰਨੀਆਂ ਯੂਰੋਪੀਅਨ ਕੰਪਨੀਆਂ ਨੇ ਭਾਰਤ ਦੇ ਵਿੱਚ ਬੱਚੇ ਵਪਾਰ ਕੀਤਾ, ਕਿਹੜੀ ਨੇ ਕਿੱਥੇ ਰਾਜ ਕੀਤਾ, ਇਹਨਾਂ ਦਾ ਆਪਸ ਦੇ ਵਿੱਚ ਕਿੱਥੇ ਕਿੱਥੇ ਯੁੱਧ ਹੋਏ, ਇਹਨਾਂ ਦੇ ਭਾਰਤੀਆਂ ਦੇ ਨਾਲ ਕਿੱਥੇ ਕਿੱਥੇ ਯੁੱਧ ਹੋਏ, ਕਿਹੜੀਆਂ ਕਿਹੜੀਆਂ ਵਿਵਸਥਾਵਾਂ, ਕਿਉਂਕਿ ਸਭ ਤੋਂ ਲੰਬਾ ਸਮਾਂ ਤਾਂ ਅੰਗਰੇਜ਼ ਰਾਜ ਕਰਨਗੇ, ਤਾਂ ਅੰਗਰੇਜ਼ਾਂ ਨੇ ਕਿੱਥੇ ਕਿੱਥੇ ਕਿਹੜੀ ਕਿਹੜੀ ਵਿਵਸਥਾ ਸ਼ੁਰੂ ਕੀਤੀ, ਕਿਹੜੀਆਂ ਕਿਹੜੀਆਂ ਚੀਜ਼ਾਂ ਰਹੀਆਂ, ਫਿਰ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੇ ਵਾਸਤੇ ਕਿਵੇਂ ਦਾ ਸਟਰਗਲ ਕੀਤਾ 1885 ਤੋਂ ਲੈ ਕੇ, ਜਿਹੜਾ ਬੱਚੇ ਸਾਡਾ ਫਰੀਡਮ ਸਟਰਗਲ ਦਾ, ਸੁਤੰਤਰਤਾ ਸੰਗਰਾਮ ਦਾ ਕਾਲ ਰਹਿੰਦਾ ਹੈ। ਅਕਸਰ ਹਰੇਕ ਪੇਪਰ ਦੇ ਵਿੱਚ, ਭਾਵੇਂ ਤੁਸੀਂ ਬੱਚੇ ਗ੍ਰੇਡ D ਤੋਂ ਲੈ ਕੇ A ਤੱਕ, 84 ਤੋਂ ਲੈ ਕੇ UPSC ਤੱਕ ਜਿੰਨੀ ਮਰਜ਼ੀ ਤਿਆਰੀ ਕਰ ਲਓ,
ਅਕਸਰ ਇਸ ਦੇ ਵਿੱਚੋਂ ਸਾਨੂੰ ਕੁਐਸਚਨ ਪੁੱਛੇ ਜਾਂਦੇ ਹੈ ਕਿ ਸੁਤੰਤਰਤਾ ਸੰਗਰਾਮ 1885 ਭਾਵ ਕਿ 28 ਦਸੰਬਰ 1885 ਕਾਂਗਰਸ ਦੀ ਸਥਾਪਨਾ ਤੋਂ ਲੈ ਕੇ 1947 15 ਅਗਸਤ 1947 ਤੱਕ ਦਾ ਜੋ ਸਮਾਂ ਹੈ ਉਹ ਇਸਦੇ ਵਿੱਚ ਰਹਿਣ ਵਾਲਾ ਹੈ। ਇਸਦੇ ਨਾਲ ਰਿਲੇਟਡ ਅਸੀਂ ਸਾਰੀਆਂ ਚੀਜ਼ਾਂ ਕਰਾਂਗੇ, ਈਵਨ ਬੱਚੇ ਪੰਜਾਬ ਹਿਸਟਰੀ ਦੇ ਕੁਐਸਚਨ ਵੀ ਇਸਦੇ ਵਿੱਚ ਲੈ ਕੇ ਆਵਾਂਗੇ। ਸਾਡੇ 10 ਦੇ 10 ਗੁਰੂ ਸਾਹਿਬਾਨ, ਫਿਰ ਬੱਚੇ ਪੰਜਾਬ ਦਾ ਜੋ ਇੰਡੀਪੈਂਡੈਂਟ ਮੰਨ ਲਓ ਕਿ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੇ ਨਾਲ ਰਿਲੇਟਡ ਅਕਸਰ ਅੱਜ ਕੱਲ੍ਹ ਤਾਂ ਬਹੁਤ ਫੇਮਸ ਹੈ ਪੰਜਾਬੀ ਸੂਬੇ ਦੇ ਨਾਲ ਰਿਲੇਟਡ ਕੁਐਸਚਨ ਨੇ, ਲਹਿਰਾਂ ਦੇ ਨਾਲ ਰਿਲੇਟਡ ਕੁਐਸਚਨ ਨੇ, ਜਾਂ ਫਿਰ ਭਾਰਤੀ ਸੁਤੰਤਰਤਾ ਸੰਗਰਾਮ ਦੇ ਵਿੱਚ ਪੰਜਾਬ ਦੀ ਕੀ ਹਿੱਸੇਦਾਰੀ ਰਹੀ, ਇਸ ਦੇ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ ਨੇ। ਸੋ ਇਹਨਾਂ ਸਾਰੇ ਕੁਐਸਚਨਾਂ ਦੇ ਨਾਲ ਰਿਲੇਟਡ ਬੱਚੇ ਅਸੀਂ ਤੁਹਾਡੇ ਵਾਸਤੇ ਸੀਰੀਜ਼ ਲੈ ਕੇ ਆ ਰਹੇ ਹਾਂ। ਕਿਹੜੀ ਸੀਰੀਜ਼ ਲੈ ਕੇ ਆ ਰਹੇ ਹਾਂ, ਨਾਮ ਯਾਦ ਰੱਖਣਾ ਹੈ, ਅਕਲਾਵਿਆ ਸੀਰੀਜ਼ ਲੈ ਕੇ ਆ ਰਹੇ ਹਾਂ। ਸੋ ਟਾਈਮ ਜ਼ਰੂਰ ਯਾਦ ਰੱਖਣਾ, ਕਿੰਨੇ ਵਜੇ ਲੈ ਕੇ ਆ ਰਹੇ ਹਾਂ, ਤਾਂ 3:15 ਵਜੇ ਬੱਚੇ ਇਹ ਸਾਡਾ ਸੈਸ਼ਨ ਰਹਿਣ ਵਾਲਾ ਹੈ। ਸੋ ਅੱਜ ਦੇ ਵਾਸਤੇ ਇੰਨਾ ਹੀ, ਮਿਲਦੇ ਹਾਂ ਫਿਰ ਸਿੱਧਾ ਕਲਾਸ ਦੇ ਵਿੱਚ, ਮੰਡੇ ਤੋਂ ਇਹ ਕਲਾਸ ਸਟਾਰਟ ਹੋ ਜਾਏਗੀ, ਚੂਕ ਨਹੀਂ ਜਾਣਾ, ਠੀਕ ਹੈ ਵੀ। ਥੈਂਕ ਯੂ ਵੈਰੀ ਮੱਚ।